अस्सलाम वालेकुम प्यारे बहन भाइयों, कैसे हैं आप सब लोग? अल्लाह के फजल करम से ठीक ठाक होंगे, हम भी ठीक ठाक हैं, अल्लाह का शुक्र है। बुखार बहुत ज़्यादा है, इसी वजह से कल मैंने ब्लॉग नहीं बनाया क्योंकि तबीयत बहुत ज़्यादा ख़राब थी। और वैसे भी मैंने आप लोगों के साथ शेयर किया था कि मेरा दिल बहुत बुरा हो रहा, व्यूज़ बहुत कम आ रहे हैं, अच्छे खासे व्यूज़ आ रहे थे तो व्यूज़ ही चले गए। अभी मैं खा रही हूँ चने चावल। मैंने आज, मेरा दिल कर रहा था, बुखार में मुंह कड़वा हो रहा है, तो मैंने कहा कि चने चावल बनाए हैं तो खा के देखते हैं कैसे बने हैं। कबीर है ना, कैमरा थोड़ा सेट कर दे, मैनू मेरी वीडियो बनती रहे तो मैं ना नाल नाल खाती रव नाल नाल। अच्छा लिया ना, मैं चने चावल बनाए ने ते ना कैमरा थोड़ा इधर कर ला, इना च ना नमक थोड़ा घट लग रहा है, बुखार की वजह तो ना पखा चला दे, मैं ना घबरा पैंदा ऐ सुटी ना चेपी हो ते ना अचार है वे थोड़ा जहा नमक घट है, तो मैं क्या चलो थोड़ा अचार ही पा लवा। अचार दे नाल बुखार की वजह तो मूँह इन्ना ज़्यादा वो होया है, सलूना जहा ना पैनाडोल खाती रही है ना ता वास्ते। देखो नाल अचार है ना, अचार के नाल थोड़ा थोड़ा अचार नाल ला लाँगे, जड़ी नमक की कमी है ना वो पूरी हो जाएगी। गैस चला गया सी तो चनिया झले थोड़ी कसर है, तो मैंने भुख बहुत ज़्यादा लगी सी तो मैं क्या हूँ ही खा लें। इन्नी ज़्यादा कसर नहीं है, हल्की जी कि 5 मिनट और चल जाते। थोड़ा मैं पानी पाया सी तो एकदम गैस चली गई, मैं क्या हूँ 5 बजे गैस आएगा फिर पा लाँगी। हम तो खाने के चक्कर च शोर भी डुले आ। बुखार है ना तो दाल चौल तो यह खाने अच्छे लगते हैं। कबीर थोड़ा जहा शोरबा लें, कबीर बेचारा झाड़ू ला लिया, मैं बुखार चढ़िया हो, मैं काम किया खाना बना लिया बच्चों वास्ते, मैं क्या चलो बच्चों का खाने की रूटीन तो ना खराब हो। नाल कबीर हूँ हरी मिर्च पा के लिया, जरा करारा हो जाएगा, मूँह फिका होया है ना, तो जरा ना टेस्ट नहीं सी आ रहा। फिर चार रखे मेरे च रखी है हूँ,
ਤੁਹਾਨੂੰ ਪਤਾ ਬੁਖਾਰ 'ਚ ਕੀ ਹਾਲ ਹੋ ਜਾਂਦਾ ਮੂੰਹ ਦਾ, ਅੱਜ ਕੱਲ੍ਹ ਦਾ ਤਾਂ ਬੁਖਾਰ ਵੀ ਪਤਾ ਨਹੀਂ, ਆਪਣੀ ਮਰਜ਼ੀ ਨਾਲ ਆ ਰਿਹਾ ਆਪਣੀ ਮਰਜ਼ੀ ਨਾਲ ਜਾ ਰਿਹਾ, ਡਾਕਟਰਾਂ ਦਾ ਵੀ ਨਹੀਂ ਅਸਰ ਹੁੰਦਾ ਉਹਦੇ 'ਤੇ ਤਾਂ। ਪੱਖਾ ਲਾ ਲਿਆ ਮੈਨੂੰ ਕਪੜਾ ਪੈਣ ਦਿਆ, ਬਰਤਨ ਕੱਲ੍ਹ ਵੀ ਨਹੀਂ ਧੋਤੇ ਮੈਂ, ਸਫਾਈ ਕਰਤੀ ਸੁਖਬੀਰ ਨੇ, ਹੁਣ ਬੱਚੇ ਬਰਤਨ ਤਾਂ ਨਹੀਂ ਨਾ ਧੋ ਸਕਦੇ, ਅਤੇ ਫਿਰ ਮੈਂ ਕੱਲ੍ਹ ਵੀ ਖਾਣਾ ਬਣਾ ਤਾ ਇਹਨੂੰ, ਅੰਡੇ ਬਣਾ ਤੇ ਰੋਟੀਆਂ ਬਣਾ ਤੀਆਂ, ਤਬੀਅਤ ਦਾ ਇਹੀ ਹਾਲ ਹੈ। ਪੱਖੇ ਥੱਲੇ ਬਹਿ ਕੇ ਨਾ ਹਵਾ ਦੇ ਵਿੱਚ, ਜਾਂ ਤਾਜ਼ੀ ਹਵਾ ਹੋਵੇ, ਬੰਦ ਮਕਾਨ ਨਾ ਹੋਵੇ, ਬੰਦ ਮਕਾਨ ਅਤੇ ਖਾਣਾ ਅੱਛੀ ਤਰ੍ਹਾਂ ਹਜ਼ਮ ਨਹੀਂ ਹੁੰਦਾ, ਅੱਛੀ ਤਰ੍ਹਾਂ ਖਾਧਾ ਨਹੀਂ ਰੱਜ ਕੇ ਜਾਂਦਾ, ਖੁੱਲ੍ਹਾ ਖੁੱਲ੍ਹੀ ਜਗ੍ਹਾ ਹੋਵੇ ਨਾ ਉੱਥੇ ਬੰਦਾ ਬਹਿ ਕੇ ਖਾਵੇ ਅਤੇ ਉੱਥੇ ਜ਼ਿਆਦਾ ਅੱਛੇ ਤਰੀਕੇ ਨਾਲ ਹਜ਼ਮ ਹੋ ਜਾਂਦਾ, ਖਾਧਾ ਜਾਂਦਾ। ਹਰੀਆਂ ਮਿਰਚਾਂ ਮੈਂ ਕੱਟ ਕੇ ਨਹੀਂ ਪਾਈਆਂ, ਇਸ ਤਰ੍ਹਾਂ ਹੀ ਪਾਈਆਂ ਨੇ, ਟੇਸਟੀ ਬਣੇ ਨੇ, ਬੜੇ ਮਜ਼ੇਦਾਰ ਨੇ। ਸ਼ੋਰਟ ਵੀਡੀਓ 'ਤੇ ਇੰਨੇ ਜ਼ਿਆਦਾ ਵਿਊਜ਼ ਆਉਂਦੇ ਨੇ ਮੇਰੀ, ਅਤੇ ਮੈਨੂੰ ਸਮਝ ਨਹੀਂ ਆਉਂਦੀ ਕਿ ਇਹ ਲੌਂਗ ਵੀਡੀਓ ਐਡੀ ਮੇਰੀ ਲੰਬੀ ਨਹੀਂ ਹੁੰਦੀ, ਅਤੇ ਮੈਂ ਚਾਹੁੰਦੀ ਹਾਂ ਕਿ ਮੇਰੇ ਭੈਣ ਭਰਾ ਜਿਹੜੇ ਨੇ ਉਹ ਮੇਰੀ ਲੌਂਗ ਵੀਡੀਓ ਵੀ ਉਸੇ ਤਰ੍ਹਾਂ ਦੇਖਿਆ ਕਰਨ ਜਿਸ ਤਰ੍ਹਾਂ ਮੇਰੀ ਸ਼ੋਰਟ ਵੀਡੀਓ ਵੇਖਦੇ ਨੇ, ਤਾਂ ਕਿ ਮੈਂ ਜਿਹੜਾ ਇਹ ਉੱਚੇ ਤਰੀਕੇ ਦੇ ਨਾਲ ਮੇਰਾ ਚੈਨਲ ਦਾ ਵਾਚ ਟਾਈਮ ਪੂਰਾ ਹੋ ਜਾਵੇ, ਮੇਰਾ ਚੈਨਲ ਗਲੋ ਕਰ ਜਾਵੇ, ਮੈਂ ਵੀ ਕਿਸੇ ਬੰਨੇ ਲੱਗਾ, ਬਸ ਤੁਹਾਡੀ ਮੁਹੱਬਤ ਨਾਲ ਤੁਹਾਡੇ ਸਾਥ ਨਾਲ ਹੋਣਾ ਹੈ, ਹੋਰ ਤਾਂ ਜ਼ਾਹਰੀ ਗੱਲ ਹੈ ਕਿ ਤੁਸੀਂ ਮੁਹੱਬਤ ਕਰੋਗੇ, ਤੁਸੀਂ ਸਾਥ ਦਿਓਗੇ ਤਾਂ ਚੈਨਲ ਗਲੋ ਕਰੇਗਾ। ਬੜੇ ਮਜ਼ੇਦਾਰ ਬਣੇ, ਉੱਤੋਂ ਫਿਰ ਬੁਖਾਰ ਚੜਿਆ ਹੋਵੇ, ਐਵੇਂ ਦੀਆਂ ਚੀਜ਼ਾਂ ਬੜੀਆਂ ਸਵਾਦੀ ਲੱਗਦੀਆਂ। ਚਨਿਆਂ ਦੇ ਵਿੱਚ ਨਾ ਜ਼ੀਰਾ ਜ਼ਰੂਰ ਪਾਇਆ ਕਰੋ, ਬੜਾ ਕਮਾਲ ਹੁੰਦਾ, ਤਲੀ ਅਤੇ ਮਸਲ ਕੇ ਨਾ
ਮੈਂ ਰਿਕੁਐਸਟ ਹੀ ਕਰ ਸਕਦੀ ਹਾਂ ਕਿ ਮੇਰੇ ਚੈਨਲ ਨੂੰ ਸਪੋਰਟ ਕਰੋ, ਕਮੈਂਟਸ ਕਰੋ, ਲਾਈਕ ਕਰੋ, ਤੁਹਾਡੀ ਸਪੋਰਟ ਦੇ ਨਾਲ, ਤੁਹਾਡੀ ਮਦਦ ਦੇ ਨਾਲ ਚਲੋ ਮੇਰੀ ਕੋਈ ਹੈਲਪ ਹੋ ਜਾਏਗੀ, ਮੇਰੀ ਮਿਹਨਤ ਜਿਹੜੀ ਮੈਂ ਕਰਨੀ ਉਹਦਾ ਫਲ ਮਿਲ ਜਾਏਗਾ। ਬਹੁਤ ਟੇਸਟੀ ਬਣਿਆ। ਕਮੈਂਟਸ 'ਚ ਦੱਸੋ ਤੁਸੀਂ ਅੱਜ ਕੀ ਪਕਾਇਆ, ਕੀ ਖਾਧਾ। ਕੱਲ੍ਹ ਦਾ ਮੇਰਾ ਦਿਲ ਕਰ ਰਿਹਾ ਸੀ, ਕੱਲ੍ਹ ਰਾਤ ਨੂੰ ਹਿੰਮਤ ਹੀ ਨਹੀਂ ਪਈ ਪਕਾਉਣ ਦੀ। ਦੋ ਅੰਡੇ ਮੰਗਾ ਕੇ ਬੱਚਿਆਂ ਨੂੰ ਭੁੱਲ ਕੇ ਦੇ ਦਿੱਤੇ। ਜਿਸ ਮੈਂ ਇਸ ਤਰ੍ਹਾਂ ਕੰਮ ਰਿਹਾ ਸੀ, ਖੜ੍ਹਾ ਹੀ ਨਹੀਂ ਸੀ ਹੋਇਆ ਜਾਣਾ। ਹੁਣ ਤਾਂ ਅੱਲਾ ਦਾ ਲੱਖ ਸ਼ੁਕਰ ਹੈ, ਬਹਿ ਕੇ ਖਾਣ ਦਈ ਆ, ਪਕਾ ਵੀ ਲਿਆ। ਪਕਾਇਆ ਵੀ ਬੜੀ ਬੁਰੀ ਕੰਡੀਸ਼ਨ 'ਚ, ਉਦੋਂ ਵੀ ਹਿੰਮਤ ਨਹੀਂ ਸੀ, ਹਾਲੇ ਵੀ ਹਿੰਮਤ ਨਹੀਂ ਹੋ ਰਹੀ। ਹਾਲੇ ਸ਼ੋਰਾ ਥੋੜ੍ਹਾ ਪਤਲਾ ਹੈ, ਗੈਸ ਆਵੇਗੀ ਫਿਰ ਪ੍ਰੈਸ਼ਰ ਲਾਵਾਂਗੇ। ਲਓ ਜੀ ਫਿਨਿਸ਼ ਹੋ ਗਏ ਜੇ, ਪਲੇਟ ਛੋਟੀ ਜਿਹੀ ਸੀ ਪਰ ਢਿੱਡ ਭਰ ਗਿਆ। ਪਤਾ ਕਿਉਂ? ਮੈਂ ਥੋੜ੍ਹੀ ਦੇਰ ਪਹਿਲੇ, ਮੈਨੂੰ ਜਦੋਂ ਇਹਨਾਂ ਨੂੰ ਪਕਾਉਣ ਲੱਗੀ ਸੀ ਨਾ, ਬੜੀ ਤੇਜ਼ ਭੁੱਖ ਲੱਗੀ ਹੋਈ ਸੀ। ਫਿਰ ਫਰਿੱਜ 'ਚ ਰਾਤ ਦਾ ਅੰਡਾ ਅਤੇ ਰੋਟੀ ਕਬੀਰ ਨੇ ਛੱਡੀ ਹੋਈ ਸੀ। ਹੁਣ ਮੈਂ ਤਵੇ 'ਤੇ ਸੁੱਟਿਆ, ਦਵਾ ਦਵਾ ਅੱਗ ਲਾਈ, ਚੁੱਲ੍ਹਾ ਬਾਲਿਆ, ਗਰਮ ਕੀਤਾ। ਹੁਣ ਚੰਗਾ ਗਰਮ ਕਰਕੇ, ਚੰਗਾ ਗਰਮ ਹੋਇਆ ਹੋਵੇ ਨਾ ਖਾਣਾ ਤਾਂ ਕੁਛ ਵੀ ਲੰਘ ਜਾਂਦਾ, ਜਦੋਂ ਤਾਂ ਭੁੱਖ ਤੇਜ਼ ਲੱਗੀ ਹੋਵੇ ਤਾਂ। ਦਵਾ ਦਵ ਮੈਂ ਉਸ ਟਾਈਮ ਖਾਧਾ, ਮੇਰਾ ਬੀ ਪੀ ਲੋਅ ਹੋ ਗਿਆ ਸੀ। ਮੈਂ ਕਿਹਾ ਮੇਰੇ ਕੋਲ ਤਾਂ ਪੱਕਣਾ ਹੀ ਨਹੀਂ ਕੁਛ। ਫਿਰ ਮੈਂ ਰੋਸ਼ ਨਹੀਂ ਵੇਖੀ, ਘੱਟ ਕੇ ਉਹ ਇੱਕ ਵੀਰ ਮੋਬਾਇਲ 'ਤੇ ਰੋਸ਼ਨੀ ਸਹੀ ਹੈਗੀ। ਫਰਿੱਜ 'ਚ ਰੱਖੀ ਅਤੇ ਮੈਂ ਨਾ ਦਵਾ ਦਵ ਜਿਹੜਾ ਨਾ ਵੇਖਿਆ, ਕਬੀਰ ਨੇ ਦੂਸਰਾ ਮੋਬਾਈਲ ਲਾ ਤਾ, ਚਲ ਰੋਸ਼ਨੀ ਹੋ ਗਈ। ਇਹ ਫਰਿੱਜ 'ਚ ਰੱਖ ਦੇ ਬੋਤਲ, ਹੈ ਕੁੜੀ ਨੂੰ 50 ਰੁਪਏ ਦੀ ਭਾਲ ਦੇ ਦੇ, ਅਚਾਰ ਵੀ ਫਰਿੱਜ 'ਚ ਰੱਖ ਦੇ। ਅਤੇ ਨਾ ਇਹ ਵੇਖੋ, ਇਹ ਨਾ ਬੋਤਲਾਂ ਲਿਆ, ਇਹ ਨਾ
ਇਹਦੇ 'ਚ ਹੁੰਦੇ ਨੇ ਪੈਪ ਬੱਚਿਆਂ ਨੂੰ ਵੇਚਣ ਵਾਸਤੇ, ਅਤੇ ਆਹ ਹੁਣ ਫਾਰਗ ਹੋ ਗਈ ਅਤੇ ਇਹ ਵੇਖੋ ਹੁਣ ਪਾਣੀ ਵਾਲੀ ਬੋਤਲ ਬਣ ਗਈ। ਇੱਧਰੋਂ ਦੀ ਕਬੀਰ ਖੋਲਿਆ ਕਰੇਗਾ ਅਤੇ ਪਾਣੀ ਪੀ ਲਿਆ ਕਰੇਗਾ ਇਸ ਤਰ੍ਹਾਂ ਨੂੰ, ਅਤੇ ਇਹਨੂੰ ਭਰ ਲਿਆ ਕਰਾਂਗੇ ਠੀਕ ਹੈ। ਅਤੇ ਬੜੀ ਸੋਹਣੀ, ਵੈਸੇ ਦੁਕਾਨ ਤੋਂ ਲੈਣ ਜਾਓ ਤਾਂ 150 ਦੀ ਮਿਲਦੀ ਹੈ ਤਕਰੀਬਨ, 150 ਜਾਂ 200 ਰੇਟ ਹੈ ਇਹਦਾ, ਕਿਉਂਕਿ ਉਹ ਕਾਲਜ ਦੇ ਕੁੜੀਆਂ ਮੁੰਡੇ ਵੀ ਇਸਤੇਮਾਲ ਕਰਦੇ ਨੇ ਨਾ। ਅਤੇ ਫਿਰ ਮੈਨੂੰ ਮਿਲਿਆ 500 ਦਾ, 480 ਦਾ, ਅਤੇ ਕੋਈ 60-70 ਰੁਪਈਏ ਬੋਤਲ 'ਚੋਂ ਪੈਪ ਵੇਚ ਕੇ ਬਚ ਜਾਂਦੇ ਨੇ, ਅਤੇ ਆ ਬੋਤਲ ਵੀ ਸਾਨੂੰ ਬਚ ਗਈ। ਕਬੀਰ ਆਪਣੇ ਸ਼ੌਕ ਨੂੰ ਲਿਆਇਆ ਸੀ, ਪੈਪ ਵੀ ਬੜੇ ਸ਼ੌਕ ਨਾਲ ਬੱਚੇ ਲੈਂਦੇ ਨੇ। ਇੱਕ ਹੋਰ ਲਿਆਵਾਂਗੀ, ਬੱਚੇ ਪੁੱਛਦੇ ਸੀ ਬੋਤਲ ਕਿੰਨੇ ਦੀ ਦੇਣੀ ਹੈ, ਅਤੇ ਮੈਂ ਕਿਹਾ ਮੈਂ ਨਹੀਂ ਦੇਣੀ, ਮੇਰੇ ਮੁੰਡੇ ਨੇ ਲੈਣੀ ਹੈ, ਫਿਰ ਲਿਆਵਾਂਗੀ ਨਾ ਅਤੇ ਫਿਰ ਦਾਂਗੀ। ਕਬੀਰ ਕੋਲ ਵਾਟਰ ਵਾਸਤੇ ਨਹੀਂ ਸੀ ਬੋਤਲ, ਹੈ ਹੁਣ ਹੈ, ਬਣ ਗਈ ਹੈ, ਵਾਹਵਾ ਲੀਟਰ ਪਾਣੀ ਆ ਜਾਂਦਾ ਇਹਦੇ ਵਿੱਚ। ਹੁਣ ਜੇ ਮੇਰੇ ਜਿੰਮਤ ਆਉਂਦੀ ਹੈ ਤਾਂ ਫਿਰ ਮੈਂ ਬਰਤਨ ਧੋਂਦੀ ਹਾਂ, ਅਤੇ ਮੈਂ ਕਿਹਾ ਮੈਂ ਆਪਣੇ ਭੈਣ ਭਰਾਵਾਂ ਨਾਲ ਗੱਲ ਕਰਾਂ ਕਿ ਤੁਹਾਡੀ ਮਿਹਰਬਾਨੀ ਹੈ, ਚੈਨਲ ਦਾ ਵਾਚ ਟਾਈਮ ਪੂਰਾ ਕਰਾ ਦਿਓ। ਜਿਹੜੇ ਜਿਹੜੇ ਮੇਰੇ ਭੈਣ ਭਰਾ ਮੇਰੇ ਚੈਨਲ 'ਤੇ ਨਵੇਂ ਨੇ, ਉਹਨਾਂ ਨੂੰ ਕੀ ਨਾਮ ਲੈਂਦੇ ਨੇ, ਅਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਅਤੇ ਪੂਰਾ ਵਾਚ ਕਰਿਆ ਕਰਨ ਮੇਰੇ ਚੈਨਲ ਨੂੰ, ਅਤੇ ਤੁਹਾਡੀ ਸਪੋਰਟ ਦੇ ਨਾਲ ਹੀ ਮੇਰਾ ਚੈਨਲ ਗਰੋ ਕਰ ਸਕਦਾ। ਚਲੋ ਮੇਰਾ ਵੀ ਕੋਈ ਸਹਾਰਾ ਹੋ ਜਾਏਗਾ ਇੱਥੋਂ, ਪਾਪੜਾ ਵਾਲਾ ਆ ਗਿਆ ਬਾਹਰ, ਬੜੇ ਡਰਾਮੇ ਚੀਜ਼ ਹੋ ਗਿਆ। ਪਿੱਤਲ ਸਿਲਵਰ ਤੋਂ ਪਾਪੜ ਲੋ, ਫਲਾਣੀ ਸ਼ਹਿਰ ਤੋਂ ਪਾਪੜ ਲੋ, ਧਮਕਾਣੀ ਸ਼ਹਿਰ ਤੋਂ ਪਾਪੜ ਲੋ। ਬੰਦਾ ਪੁੱਛੇ ਘਰ ਹੈ ਕਿ ਕਬਾੜ ਖਾਂਦਾ, ਜੇ ਤੂੰ ਇੰਨਾ ਕੁਛ ਅਸੀਂ ਤੁਹਾਨੂੰ ਕੱਢ ਕੇ ਦਾਂਗੇ। ਇੱਕ ਮੈਨੂੰ ਫਰੂਟ ਗਾਲਾ ਟਾਫੀ ਜਾਂ ਚੀਨੀ ਫੜਾ, ਮੇਰਾ ਨਾ ਮੂੰਹ ਇਸ ਤਰ੍ਹਾਂ ਹੋਇਆ ਹੋਇਆ ਜਿਸ ਦਾ ਪਤਾ ਨਹੀਂ ਕੀ ਹੈ ਨਾ, ਅਤੇ ਮੈਂ ਕਾਰ 'ਚ ਬੈਠੀ ਹੋਈ ਹਾਂ, ਬਾਹਰ ਨਿਕਲ ਕੇ ਬਿਮਾਰੀ ਦੇ ਵਿੱਚ ਬੰਦਾ ਕਿੱਥੇ ਬਣਾਵੇ ਨਾ ਵੀਡੀਓ। ਇਹ ਪਲੇਟ ਵੀ ਰੱਖ ਦਿਓ ਉੱਥੇ ਭਾਂਡਿਆਂ, ਹਿੰਮਤ ਕਰਕੇ ਥੋੜ੍ਹੇ ਜਿਹੇ ਭਾਂਡੇ ਧੋ ਲੈਂਦੀ ਹਾਂ, ਅਤੇ ਵੀਡੀਓ ਕਬੀਰ ਨੂੰ ਕਹਿੰਦੀ ਹਾਂ ਕਿ ਅਪਲੋਡ ਕਰ ਦੇਵੇ, ਇੰਨੀ ਕੁ ਬੜੀ ਹੈ ਛੋਟੀ ਜਿਹੀ। ਚੀਨੀ ਦਾ ਡੱਬਾ ਮੈਨੂੰ, ਚੀਨੀ ਮੈਨੂੰ, ਮਠਿਆਈ ਬਰਫੀ ਲੱਛੇ ਗੱਟਾ ਬੜਾ ਸਵਾਦੀ ਲੱਗਦਾ। ਮਿੱਠੇ ਦੀ ਵੈਰੀ ਹਾਂ ਮੈਂ, ਲੋਕ ਕਹਿੰਦੇ ਨੇ ਮਿੱਠਾ ਨਾ ਖਾਓ ਮੋਟੇ ਹੋ ਜਾਓਗੇ, ਕੁਛ ਨਹੀਂ ਹੁੰਦਾ ਮੋਟੇ ਹੋ ਜਾਣਗੇ ਅਤੇ ਜਿੰਨੇ ਹੈਗੇ ਆ ਉਨੇ ਹੀ ਰਹਾਂਗੇ। ਮੇਰੇ ਅੱਬੂ ਜੀ ਮਾਸ਼ਾਅੱਲਾ ਇੱਕ ਦੋ ਲੋਕਾਂ ਦੇ ਵਿੱਚ ਹੋਣਗੇ ਵੀ, ਭਾਵੇਂ ਕਿਲੋ ਮਠਿਆਈ ਦੇ ਦਿਓ ਇੱਕ ਵਾਰ ਖਾ ਜਾਣਗੇ। ਮੋਟਾਪਾ ਹੈ ਸਾਨੂੰ, ਗੋਲ ਮਟੋਲ ਸਾਨੂੰ, ਤੇ ਬੁੱਢੇ ਹੋ ਗਏ ਨੇ, ਕਮਜ਼ੋਰ ਹੋ ਗਏ ਨੇ, ਅਤੇ ਅੱਲਾਹ ਦਾ ਸ਼ੁਕਰ ਨਾ ਕੋਈ ਸ਼ੂਗਰ ਨਾ ਕੋਈ ਅਗਲਾ ਮਰਜ ਨਾ ਪਿਛਲਾ ਮਰਜ, ਛੋਟੇ ਮੋਟੇ ਦੁੱਖ ਤਕਲੀਫਾਂ ਦੇ ਨਾਲ ਹੀ ਨੇ, ਲੇਕਿਨ ਕੋਈ ਗੱਲ ਨਹੀਂ,
ਵੈਸੇ ਵੀ ਵੱਡਾ ਨੂੰ ਕੀ ਲੱਗੇ, ਵੱਡਾ ਨੂੰ ਅੱਲਾ ਨੇ ਐਕਸਟਰਾ ਮੈਦੇ ਦਿੱਤੇ ਹੁੰਦੇ ਨੇ, ਹਜ਼ਮ ਹੀ ਕਰ ਲੈਣ, ਮਿੱਠਾ ਵੀ ਖਾ ਲੈਣ, ਲੂਣਾ ਵੀ ਖਾ ਲੈਣ, ਅਤੇ ਸ਼ੁਕਰ ਹੈ ਅੱਲਾ ਦਾ। ਅਤੇ ਜਿਹੜਾ ਨਾ ਕੁਛ ਖਿਆਲ ਕਰੋ, ਗੱਲ ਫਿਰ ਉੱਥੇ ਹੀ ਆਵੇ, ਕੁਛ ਖਿਆਲ ਕਰੋ, ਕੋਈ ਚੈਨਲ ਬਣਾਉਂਦਾ ਹੈ, ਕੋਈ ਮਿਹਨਤ ਕਰਦਾ ਹੈ, ਕੋਈ ਮਜਬੂਰੀ ਨੂੰ, ਤੁਹਾਨੂੰ ਪਤਾ ਹੈ ਬੰਦਾ ਕਿਹਦਾ ਦਿਲ ਕਰਦਾ, ਸੱਚੀ ਗੱਲ ਦੱਸਾਂ ਬੇਪਰਦਗੀ ਕਰਨ, ਲੇਕਿਨ ਹਾਲਾਤ ਨੇ, ਜ਼ਰੂਰਤਾਂ ਨੇ ਜ਼ਿੰਦਗੀ ਐਸੇ ਮੋੜ 'ਤੇ ਲਾਈ ਹੈ। ਨੌਕਰੀ ਕਰਾਂ ਜਾਂ ਕੋਈ ਹੋਰ ਕੰਮ ਕਰਾਂ, ਬੇਪਰਦਗੀ ਉਹਦੇ 'ਚ ਵੀ ਹੁੰਦੀ ਹੈ। ਸ਼ੋਪ ਜੋ ਬਣਾਈ ਹੋਈ ਹੈ ਅਤੇ ਉੱਥੇ ਵੀ ਸਾਰੇ ਮਰਦ ਵੀ ਧਿਆਨ ਦੇਣੇ ਨਾ, ਅਤੇ ਫਿਰ ਸੌਦਾ ਵੀ ਦੇਣਾ ਪੈਂਦਾ ਹੀ ਹੈ। ਅਤੇ ਫਿਰ ਜ਼ਿੰਦਗੀ, ਫਿਰ ਔਰਤਾਂ ਅੱਛੇ ਉਹਦੇ 'ਤੇ ਵੀ ਹੈ ਨੇ, ਅਹੁਦਿਆਂ 'ਤੇ ਵੀ ਹੈ ਨੇ, ਵਜ਼ੀਰ ਆਜ਼ਮ ਵੀ ਨੇ, ਸਾਰਾ ਕੁਛ ਹੀ ਹੈ। ਅਤੇ ਹੁਣ ਜਦੋਂ ਜ਼ਿੰਦਗੀ ਆਪਣੇ ਕੰਧਿਆਂ 'ਤੇ ਆ ਜਾਵੇ ਤਾਂ ਫਿਰ ਪਰਦੇ ਪਰਦੇ ਨਹੀਂ ਰਹਿੰਦੇ, ਅਤੇ ਜ਼ਿੰਦਗੀ ਨੂੰ ਚਲਾਉਣ ਵਾਸਤੇ ਕਰਨਾ ਪੈਂਦਾ ਹੈ, ਸਭ ਕੁਛ ਕਰਨਾ ਪੈਂਦਾ ਹੈ। ਅਤੇ ਤੁਸੀਂ ਉਸ ਚੈਨਲ ਵਾਲਿਆਂ ਦੀ ਮਦਦ ਕਰਦੇ ਹੋ ਜਿਹੜੇ ਦੂਸਰਿਆਂ ਦੀ ਮਦਦ ਕਰਦੇ ਨੇ, ਅਤੇ ਉਹਨਾਂ ਦੀ ਜਿਹੜਾ ਨਾ ਹੈਲਪ ਕਰਦੇ ਹੋ ਕਿ ਦੂਸਰੇ ਮਾੜੇ ਬੰਦਿਆਂ ਨੂੰ ਦੀ ਜਾ ਕੇ ਸਪੋਰਟ ਕਰਨ। ਅਤੇ ਇਸੇ ਤਰ੍ਹਾਂ ਚੈਨਲ 'ਚ ਵੀ ਜਿਹੜੇ ਕੋਈ ਮਜਬੂਰ ਹੋ ਕੇ ਆਪਣਾ ਚੈਨਲ ਬਣਾਉਂਦੇ ਨੇ, ਅਤੇ ਉਹ ਵੀ ਇੱਕ ਤਰ੍ਹਾਂ ਦੀ, ਇਹ ਵੀ ਤੁਹਾਡੀ ਸਪੋਰਟ ਹੀ ਹੋ ਜਾਂਦੀ, ਇਹ ਵੀ ਹੈਲਪ ਹੀ ਹੋ ਜਾਂਦੀ ਹੈ ਕਿ ਚਲੋ ਤੁਸੀਂ ਵਾਚ ਟਾਈਮ ਪੂਰਾ ਕਰਵਾਓਗੇ, ਤੁਸੀਂ ਵਾਚ ਕਰੋਗੇ ਸਾਡੇ ਚੈਨਲ ਨੂੰ, ਅਤੇ ਜਿਹੜਾ ਨਾ ਚਲੋ ਸਾਡੀ ਵੀ ਹੈਲਪ ਹੋ ਜਾਏਗੀ। ਹਰ ਕੋਈ ਬੰਦਾ ਕਿਸੇ ਦੀ ਮੁਹਤਾਜੀ, ਕਿਸੇ ਦੀ ਹੈਲਪ ਨਹੀਂ ਚਾਹੁੰਦਾ। ਅਤੇ ਆਪਣੀ ਕੋਸ਼ਿਸ਼ 'ਚ ਮੈਂ ਚਾਹੁੰਦੀ ਹਾਂ ਕਿ ਮੈਂ ਆਪਣੀ ਕੋਸ਼ਿਸ਼ 'ਚ ਕਾਮਯਾਬ ਹੋ ਜਾਵਾਂ, ਅਤੇ ਉਹ ਤੁਹਾਡੀ ਹੈਲਪ ਦੇ ਨਾਲ ਹੀ ਜਿਹੜਾ ਨਾ ਮੁਮਕਿਨ ਹੈ। ਅਤੇ ਮੈਨੂੰ ਤਾਂ ਉਮੀਦ ਵੀ ਨਹੀਂ ਸੀ ਕਿ ਮੇਰੇ ਸਬਸਕ੍ਰਾਈਬਰ ਪੂਰੇ ਹੋ ਜਾਣਗੇ, ਲੇਕਿਨ ਅੱਲਾ ਦਾ ਸ਼ੁਕਰ ਹੈ ਕਿ ਸਬਸਕ੍ਰਾਈਬਰ ਪੂਰੇ ਹੋ ਗਏ, ਵਾਚ ਟਾਈਮ ਥੋੜ੍ਹਾ ਰਹਿ ਗਿਆ। ਅਤੇ ਕਰੋਗੇ ਅਤੇ ਹੈਲਪ ਕਰੋਗੇ, ਅਤੇ ਹੈਲਪ ਸਿਰਫ ਪੈਸਿਆਂ ਦੀ, ਮਾਲੀ ਸਦਕਾ ਖਰਾਇਤ ਨਹੀਂ ਹੁੰਦੀ, ਇਸ ਤਰ੍ਹਾਂ ਵੀ ਹੈਲਪ ਹੁੰਦੀ ਹੈ ਆਪਣੇ ਭੈਣ ਭਰਾਵਾਂ ਦੀ, ਤਾਂ ਕਿ ਕੋਈ ਆਪਣੇ ਪੈਰਾਂ 'ਤੇ ਅੱਛੇ ਤਰੀਕੇ ਨਾਲ ਖੜ੍ਹਾ ਹੋ ਜਾਵੇ, ਕੋਈ ਗਲੋ ਕਰ ਜਾਏਗਾ, ਮੇਰਾ ਚੈਨਲ ਗਲੋ ਕਰ ਜਾਏਗਾ, ਇੱਥੋਂ ਇਨਕਮ ਆਉਣ ਲੱਗ ਜਾਏਗੀ, ਅਤੇ ਮੇਰਾ ਸਹਾਰਾ ਹੋ ਜਾਏਗਾ, ਮੇਰਾ ਇਹ ਕੰਮ ਸਿੱਧੇ ਹੋ ਜਾਣਗੇ, ਮੈਨੂੰ ਆਪਣੀ ਛੱਤ ਮਿਲ ਜਾਏਗੀ। ਇਹ ਬੰਦ ਮਕਾਨ ਹੈ, ਮੇਰੀ ਤਬੀਅਤ ਇਹਦੀ ਵਜ੍ਹਾ ਤੋਂ ਜਿਹੜੀ ਹੈ ਨਾ ਬਹੁਤ ਖਰਾਬ ਹੋ ਜਾਂਦੀ ਹੈ, ਤੁਹਾਨੂੰ ਪਤਾ ਬੰਦ ਮਕਾਨ 'ਚ ਹਬਸ ਹੁੰਦੀ ਹੈ, ਅਤੇ ਘੁੱਟਣ ਹੁੰਦੀ ਹੈ, ਅੰਧੇਰਾ ਹੁੰਦਾ, ਅਤੇ ਫਿਰ ਚੰਗਾ ਭਲਾ ਬੰਦਾ ਵੀ ਬਿਮਾਰ ਹੋ ਜਾਂਦਾ, ਉਨੀ ਮੇਰੀ ਉਮਰ ਨਹੀਂ ਜਿੰਨੀ ਮੈਂ ਲੱਗ ਗਈ। ਠੀਕ ਹੈ, ਇਹ ਸੋਜ਼ਿਸ਼ ਸਾਰੀ ਇਸ ਗੱਲੇ ਹੁੰਦੀ, ਆਪਣਾ ਘਰ ਹੋਵੇ, ਖੁੱਲ੍ਹਾ ਵਿਹੜਾ ਹੋਵੇ, ਕੋਈ ਆਪਣੀ ਛੱਤ ਹੋਵੇ, ਅਤੇ ਬੰਦਾ ਭੱਜ ਨਾ ਸਕਰਦਾ ਰਹਿੰਦਾ, ਕਮਰੇ 'ਚੋਂ ਨਿਕਲੋ ਬਾਹਰ ਅਤੇ ਬਾਹਰੋਂ ਨਿਕਲੋ ਅੰਦਰ। ਚਲੋ ਫਿਰ ਵੀ ਮਾਲਕ ਦਾ ਸ਼ੁਕਰ ਹੈ, ਉਹਨੇ ਜਿਸ ਸਾਲ 'ਚ ਵੀ ਰੱਖਿਆ ਹੋਇਆ। ਅਤੇ ਮੈਂ ਚਾਹੁੰਦੀ ਹਾਂ ਕਿ ਤੁਸੀਂ ਜਿਹੜਾ ਨਾ ਮੇਰੇ ਚੈਨਲ ਨੂੰ ਪਲੀਜ਼ ਮੇਰਾ ਵਾਚ ਟਾਈਮ ਪੂਰਾ ਕਰਾਓ, ਅਤੇ ਮੇਰੀ ਹੈਲਪ ਕਰੋ, ਮੈਨੂੰ ਤੁਹਾਡੀ ਹੈਲਪ ਦੀ ਅਸ਼ਰ ਜ਼ਰੂਰ। ਠੀਕ ਹੈ, ਅਤੇ ਇਹ ਮੇਰਾ ਛੋਟਾ ਬੱਚਾ ਹੈ ਦੇਖੋ, ਅਤੇ ਮੇਰੇ ਮਾਸੂਮ ਛੋਟੇ ਛੋਟੇ ਬੱਚੇ ਨੇ, ਅਤੇ ਅਸੀਂ ਚਾਰ ਹੈ ਵਾ। ਉਹ ਦੇਖੋ ਵਿਚਾਰਾ ਹੱਥ ਜੋੜ ਰਿਹਾ, ਜੋੜੀ ਹੱਥ, ਅਤੇ ਨਾ ਬੋਤਲਾਂ ਭਰਨ ਚੱਲਿਆ ਪਾਣੀ ਦੀਆਂ। ਇੱਕ ਨਜ਼ਲੇ ਨੇ ਇੰਨਾ ਪਰੇਸ਼ਾਨ ਕੀਤਾ ਹੋਇਆ,
ਮੈਂ ਨਜ਼ਲਾ ਕਿਹੜਾ ਆਉਂਦਾ ਨਾ ਅਤੇ ਫਿਰ ਅੰਦਰ ਨਹੀਂ ਲੈ ਕੇ ਜਾਈਦਾ, ਉਹ ਫਿਰ ਛਾਤੀ 'ਤੇ ਜਾਂ ਕਿਸੇ ਨੂੰ ਕੰਨਾਂ ਦਾ ਮਸਲਾ ਹੋ ਜਾਂਦਾ, ਕਿਸੇ ਨੂੰ ਛਾਤੀ 'ਤੇ ਡਿੱਗਦਾ, ਖਾਂਸੀ ਜੰਮ ਜਾਂਦੀ, ਨਾਲ ਨਾਲ ਪੈਰਾਂਡੋਲ, ਨਾਲ ਨਾਲ ਗਰਮ ਪਾਣੀ ਦਾ ਗਲਾਸ, ਹਾਂ ਪਾਣੀ ਲੈ ਆਇਆ ਫਿਰ, ਨਾਲ ਨਾਲ ਗਰਮ ਪਾਣੀ ਦਾ ਗਲਾਸ। ਅਤੇ ਹੁਣ ਮੇਰਾ ਦਿਲ ਕਰਦਾ ਕਿ ਮੈਂ ਨਾਲ ਉੱਠਾਂ, ਬਲੋਕ ਪੂਰਾ ਕਰ ਲਿਆ, ਬਸ ਹੋ ਗਿਆ, ਵਾ ਕਾਫੀ ਟਾਈਮ ਦਾ, 19-20 ਮਿੰਟ ਦਾ ਹੋ ਗਿਆ, ਅਤੇ ਮੈਂ ਧੋਲਵਾਂ ਬਰਤਨ। ਅਤੇ ਮੈਂ ਫਿਰ ਤੁਹਾਨੂੰ ਕਹਿ ਰਹੀ ਹਾਂ ਕਿ ਤੁਹਾਡੀ ਮਿਹਰਬਾਨੀ ਹੈ, ਚੈਨਲ ਨੂੰ ਲਾਈਕ ਸਬਸਕ੍ਰਾਈਬ ਕਰੋ, ਕਮੈਂਟਸ ਕਰਿਆ ਕਰੋ, ਅੱਛੇ ਬੁਰੇ ਜਿਵੇਂ ਦੇ ਵੀ ਹੁੰਦੇ ਨੇ, ਤਾਂ ਕਿ ਮੇਰਾ ਚੈਨਲ ਗਲੋ ਕਰ ਜਾਵੇ। ਵੀਡੀਓ ਪੂਰੀ ਵਾਚ ਕਰਿਆ ਕਰੋ, ਤੁਹਾਡੇ ਦੇਖਣ ਲਈ ਬਣਾਉਂਦੀ ਹਾਂ, ਕੋਈ ਮੈਂ ਆਪਣੇ ਸ਼ੌਕ ਲਈ ਨਹੀਂ ਬਣਾਉਂਦੀ ਕਿ ਮੈਂ ਹੁਣ ਬਹਿ ਗਈ ਹਾਂ ਮੋਬਾਇਲ ਦੇ ਸਾਹਮਣੇ ਅਤੇ ਬੋਲੀ ਜਾਵਾਂ। ਵੈਸੇ ਮੈਂ ਬਚਪਨ 'ਚ ਮੈਨੂੰ ਸ਼ੌਕ ਹੁੰਦਾ ਸੀ, ਮੈਂ ਸ਼ੀਸ਼ੇ ਅੱਗੇ ਸਾਹਮਣੇ ਬਹਿ ਕੇ ਨਾ ਬੋਲੀ ਜਾਂਦੀ ਸੀ, ਆਪੇ ਗੱਲਾਂ ਕਰਦੀ ਰਹਿੰਦੀ ਹੁੰਦੀ ਸੀ। ਪਤਾ ਨਹੀਂ ਕਿੱਧਰ ਸ਼ੌਕ ਗਏ, ਪਤਾ ਨਹੀਂ ਕਿੱਧਰ ਜਾ ਗਏ, ਪਤਾ ਹੀ ਨਹੀਂ ਲੱਗਾ ਜ਼ਿੰਦਗੀ ਕਿੱਧਰ ਦੀ ਕਿੱਧਰ ਚਲੀ ਗਈ। ਅਤੇ ਮੈਂ ਨਾ ਇਸ ਤਰ੍ਹਾਂ ਬਸ ਬਹਿ ਜਾਣਾ ਅਤੇ ਐਕਟਿੰਗ ਕਰਦੇ ਰਹਿਣਾ, ਅਤੇ ਅੱਜ ਉਹ ਐਕਟਿੰਗ ਵੀ ਭੁੱਲ ਗਈ। ਚਲੋ ਸ਼ੁਕਰ ਹੈ, ਜਿੰਨੀ ਵੀ ਹੈ ਵੇ ਐਕਟਿੰਗ ਹੈ ਤਾਂ ਸਹੀ ਨਾ, ਹੁਣ ਐਕਟਿੰਗ ਹੀ ਹੈ, ਜ਼ਿੰਦਗੀ ਤਾਂ ਨਹੀਂ। ਅਤੇ ਹੱਸ ਕੇ ਰੋ ਕੇ ਤੁਹਾਡੇ ਨਾਲ ਤੁਸੀਂ ਕਰੋਗੇ, ਮੇਰੇ ਚੈਨਲ ਨੂੰ ਵਾਚ ਕਰਿਆ ਕਰੋਗੇ, ਅਤੇ ਮੇਰਾ ਜ਼ਰਾ ਨਾ ਹੌਸਲਾ ਵੱਧ ਜਾਏਗਾ, ਖੂਨ ਵੱਧ ਜਾਏਗਾ, ਅਤੇ ਫਿਰ ਮੈਂ ਮਜ਼ੀਦ ਅੱਛੀਆਂ ਗੱਲਾਂ ਕਰਨ ਲੱਗ ਜਾਵਾਂਗੀ। ਸ਼ਾਇਦ ਮੈਂ ਆਪਣੇ ਉਹ ਪਿਛਲੇ ਦੌਰ 'ਚ ਵਾਪਸ ਆ ਜਾਵਾਂ ਜਿਹਦੇ 'ਚ ਮੈਂ ਸ਼ੀਸ਼ੇ ਅੱਗੇ ਬਹਿ ਕੇ ਘੰਟਾ ਘੰਟਾ ਐਕਟਿੰਗ ਹੀ ਕਰਦੀ ਰਹਿੰਦੀ ਹੁੰਦੀ ਸੀ, ਅਤੇ ਉਦੋਂ ਇਹ ਸੋਚਾਂ ਨਹੀਂ ਸੀ ਪਈਆਂ ਹੋਈਆਂ, ਅਤੇ ਹੁਣ ਸੋਚਾਂ ਪੈ ਗਈਆਂ। ਜਦੋਂ ਸੋਚਾਂ ਪੈ ਜਾਣ ਫਿਰ ਸੋਚਾਂ ਵੀ ਪੈ ਜਾਂਦੀਆਂ ਨੇ। ਅਤੇ ਇਸ ਦੇ ਨਾਲ ਹੀ ਅੱਜ ਦਾ ਵਲੋਗ ਮੈਂ ਖਤਮ ਕਰਨੀ ਹਾਂ, ਕਿਉਂਕਿ ਮੈਂ ਨਾ ਸੌਦਾ ਵੀ ਲੈਣ ਜਾਣਾ ਹੈ, ਉਹ ਦੁਕਾਨ ਦਾ 2-3 ਦਿਨ ਹੋ ਗਏ ਮੈਂ ਸੌਦਾ ਨਹੀਂ ਲੈਣ ਗਈ ਬੁਖਾਰ ਦੀ ਵਜ੍ਹਾ ਤੋਂ, ਅਤੇ ਬੱਚਿਆਂ ਦੀਆਂ ਚੀਜ਼ਾਂ ਖਤਮ ਹੋਈਆਂ ਹੋਈਆਂ ਨੇ, ਅਤੇ ਉਹ ਲੈਵਾਂ ਸੌਦਾ ਲੈਵਾਂ, ਅਤੇ ਨਾ ਬਰਤਨ ਧੋਲਵਾਂ ਜਦੋਂ ਤੱਕ ਮੇਰੇ ਬੱਚੇ ਆਉਂਦੇ ਨੇ, ਅਤੇ ਬੱਚੇ ਆ ਜਾਣਗੇ ਫਿਰ ਮੈਂ ਨਾ ਇਹ ਲਿਆਵਾਂਗੀ ਸੌਦਾ, ਅਤੇ ਫਿਰ ਸੌਦਾ ਲਿਆ ਕੇ ਅਤੇ ਨਾ ਮੈਂ ਜਿਹੜਾ ਨਾ ਬਰਤਨ ਧੋ ਕੇ ਫਿਰ ਸੌਦਾ ਲੈ ਆਵਾਂਗੀ, ਅਤੇ ਫਿਰ ਆ ਕੇ ਅਤੇ ਜਿਹੜਾ ਨਾ ਵੇਖਦੇ ਹਾਂ ਕੋਈ ਹਵਾ ਖਾਣ ਵਾਸਤੇ ਬਾਹਰ ਨਿਕਲਦੇ ਹਾਂ। ਸ਼ਾਇਦ ਅੰਮੀ ਘਰ ਕਬੀਰ ਕਹਿ ਰਿਹਾ ਉੱਧਰ ਜਾਣਾ ਹੈ, ਅਤੇ ਫਿਰ ਸ਼ਾਇਦ ਉੱਧਰ ਚਲੇ ਜਾਈਏ। ਅਤੇ ਬਹਰਹਾਲ ਮੈਂ ਤੁਹਾਡੇ ਨਾਲ 2-4 ਗੱਲਾਂ ਕਰਨੀਆਂ ਸੀ ਅਤੇ ਕਰ ਲਈਆਂ ਨੇ, ਠੀਕ ਹੈ। ਅਤੇ ਤੁਸੀਂ ਹੁਣ ਥੋੜ੍ਹਾ ਅਹਿਸਾਸ ਕਰੋ, ਥੋੜ੍ਹਾ ਖਿਆਲ ਕਰੋ, ਇਹ ਵੀ ਇੱਕ ਤਰ੍ਹਾਂ ਦੀ ਤੁਹਾਡੀ ਹੈਲਪ ਹੈ, ਤੁਹਾਡੀ ਨੇਕੀ ਗਿਣੀ ਜਾਏਗੀ, ਅਤੇ ਨੇਕੀਆਂ ਕਰਿਆ ਕਰੋ, ਠੀਕ ਹੈ। ਅਤੇ ਇਹਦੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਕਰੋ, ਠੀਕ ਹੈ, ਅਤੇ ਸ਼ੇਅਰ ਕਰੋ, ਅਤੇ ਇਸ ਦੇ ਨਾਲ ਹੀ ਅੱਲਾ ਹਾਫਿਜ਼, ਅੱਲਾ ਦੇ ਕੇ ਬਾਅਦ।